ਆਓ ਆਪਾਂ ਉਹ ਨਾਮ ਰਸ ਦੀ ਪ੍ਰਾਪਤੀ ਕਰਨ ਲਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਨਿਰੰਕਾਰ ਗੁਰੂ ਬਾਣੀ ਦੇ ਵਿੱਚ ਆਪਾਂ ਨੂੰ ਸ਼ਬਦ ਦੱਸ ਰਹੇ ਹੈ। ਆਪਾਂ ਪ੍ਰੇਮ ਪਿਆਰ ਦੇ ਨਾਲ ਇੱਕ ਗੁਰੂ ਬਾਣੀ ਦਾ ਸ਼ਬਦ ਪ੍ਰਾਪਤ ਕਰਨਾ ਹੈ। ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਸਾਨੂੰ ਜੀਵਨ ਦਾ ਗਿਆਨ, ਜੀਵਨ ਦੀ ਯੁਗਤੀ ਤੇ ਜੀਵਨ ਦੀ ਸ਼ਕਤੀ ਦੱਸੀ ਹੈ। ਨਾਲ ਸਾਨੂੰ ਉਹਦੀ ਪ੍ਰਾਪਤੀ ਦੇ ਨਾਲ ਨਾਲ ਸਾਡੇ ਵਿੱਚ ਕਿਹੜੇ ਗੁਣ ਆਉਣਗੇ ਉਹਦਾ ਵਰਣਨ ਕਰਿਆ ਹੈ। ਗੁਰਮੁਖ ਪਿਆਰਿਓ, ਜਿਹੜਾ ਜੀਵਨ ਆ ਨਾ, ਇਹ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਲਈ ਹੈ। ਮਹਾਰਾਜ ਕਹਿੰਦੇ ਪ੍ਰਾਪਤੀ ਕੀ ਕਰਨੀ ਹੈ, ਇਹਦੇ ਲਈ ਕਹਿੰਦੇ ਕਰਮ ਕੀ ਕਰਨਾ ਹੈ। ਆਹ ਜਿਹੜਾ ਮਨੁੱਖਾ ਦੇਹ ਆ ਨਾ, ਇਹ ਆਪਾਂ ਕਰਮ ਨਾਲ ਨਹੀਂ ਪ੍ਰਾਪਤ ਕਰੀ, ਇਹ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰੀ ਹੈ। ਅਸੀਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਾਨੂੰ ਆਹ ਮਨੁੱਖਾ ਜਨਮ ਮਿਲਿਆ। ਗੁਰੂ ਪਾਤਸ਼ਾਹ ਦਾ ਕਥਨ ਹੈ, ਭਈ ਪ੍ਰਾਪਤ ਮਾਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਲਨਾਮ। ਇਹਦਾ ਭਾਵ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖਾ ਜਨਮ ਹੈ ਭਾਗਾ ਨਾ ਮਿਲਿਆ, ਇਹ ਜਿਹੜੀ ਦੇਹ ਹੈ ਸਰੀਰ ਆ ਸਾਡਾ, ਇਹ ਗੁਰਮੁਖ ਪਿਆਰਿਓ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਲਈ ਮਿਲਿਆ ਹੈ। 84 ਲੱਖ ਜੂਨੀ ਦੇ ਵਿੱਚੋਂ ਸਰਬ ਉੱਤਮ ਜੂਨੀ ਮਨੁੱਖਾ ਜਨਮ ਹੈ। ਮਹਾਰਾਜ ਕਹਿੰਦੇ ਇਹ ਜਨਮ ਦੇ ਨਾਲ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਲਈ ਕਹਿੰਦੇ ਜੀਵਨ ਆ ਦੇ ਇਹ ਭਾਗਾਂ ਨਾਲ ਮਿਲਦੀ ਹੈ, ਤੇ ਗੋਬਿੰਦ ਮਿਲਣ ਲਈ ਇਹ ਬਾਰੀ ਹੈ। ਬਾਰੀ ਦਾ ਭਾਵ ਕੀ ਹੈ? ਇਹ ਗੁਰਮੁਖ ਪਿਆਰਿਓ ਜਿਹੜਾ 84 ਦਾ ਚੱਕਰ ਆ ਨਾ, ਸਭ ਤੋਂ ਥੱਲੇ ਨਖਿੱਤ ਜੂਨੀ ਕੀ ਹੈ? ਹੁਣ ਜੇ ਆਪਾਂ 84 ਲੱਖ ਜੂਨੀ ਤਾਂ ਗਿਣਨੀ ਦੂਰ ਦੀ ਗੱਲ ਹੈ, ਜੇ ਆਪਾਂ 84 ਲੱਖ ਕੇਵਲ ਗਿਣਤੀ ਕਰਨੀ ਹੋਵੇ ਤਾਂ ਬਹੁਤ ਸਮਾਂ ਬੀਤ ਜਾਊਗਾ। ਸਭ ਤੋਂ ਨਖਿੱਤ ਜੂਨਾਂ ਕਿਹੜੀਆਂ? ਗੁਰੂ ਬਾਣੀ ਦੇ ਵਿੱਚ ਮਹਾਰਾਜ ਨੇ ਉੱਤਮ ਜੀਵਨ, ਮੱਧਮ ਜੀਵਨ ਤੇ ਨਖਿੱਤ ਜੂਨੀ, ਇਹਦਾ ਸਾਰਿਆਂ ਦਾ ਵਰਣਨ ਕਰਿਆ। ਉੱਤਮ ਜੀਵਨ ਵਾਲਾ ਕੌਣ ਹੈ, ਮੱਧਮ ਜੀਵਨ ਵਾਲਾ ਕੌਣ ਹੈ, ਨਖਿੱਤ ਜੀਵਨ ਕਿਹਦਾ? ਭਾਵ ਇਹ ਜੂਨੀਆਂ ਨੇ। ਇਹ ਕਹਿੰਦੇ ਨਾ ਜਿਹੜਾ 84 ਦਾ ਇਹ ਚੱਕਰ ਹੈ, ਜਿਵੇਂ ਖੂਹ ਦਾ ਮੌਣ ਹੁੰਦੀ ਆ ਨਾ, ਥੱਲੇ ਆਪਾਂ ਖੂਹ ਦੇ ਜਾਈਦਾ, ਕਹਿੰਦੇ ਉਹਦੇ ਵਿੱਚੋਂ ਪੌੜੀਆਂ ਚੜ੍ਹਦੀਆਂ, ਕਹਿੰਦੇ ਉੱਪਰ ਆਉਂਦੇ ਹਾਂ ਅਤੇ ਥੱਲੇ ਵੀ ਜਾਂਦੇ ਹਾਂ। ਕਹਿੰਦੇ ਹੇ ਪਿਆਰਿਓ, ਕਹਿੰਦੇ ਆਹ ਜਿਹੜਾ ਜੀਵਨ ਹੈ ਇਹ ਖੂਹ ਦੀ ਮੌਣ ਹੈ। 84 ਦੇ ਚੱਕਰ ਦਾ ਆਖਰੀ ਪੜਾਓ ਹੈ। ਕਹਿੰਦੇ ਇੱਥੇ ਖੜ੍ਹੇ ਹਾਂ ਆਪਾਂ ਮੌਣ 'ਤੇ, ਇੱਕ ਕਦਮ ਸਾਡਾ ਅੰਦਰ ਹੈ ਅਤੇ ਇੱਕ ਉੱਪਰ ਹੈ। ਜੇ ਆਪਾਂ ਇੱਕ ਕਦਮ ਪੱਟ ਕੇ ਅੱਗੇ ਨੂੰ ਧਰ ਲਾਂਗੇ ਆਹ ਗੁਰੂ ਪਾਤਸ਼ਾਹ ਜੀ ਨੂੰ, ਫਿਰ ਕਹਿੰਦੇ ਉਹ ਚੱਕਰ ਤੋਂ ਬਾਹਰ ਨਿਕਲਣ ਦਾ ਸੁਭਾਗ ਸਾਨੂੰ ਮਿਲ ਸਕਦਾ। ਅਤੇ ਜੇ ਇੱਥੋਂ ਕਦਮ ਨਾ ਪੱਟਿਆ ਗਿਆ, ਕਹਿੰਦੇ ਫਿਰ ਮੂਧੇ ਮੂੰਹ ਪਿੱਛਲ ਖੋਰੀ ਜਾਂ ਡਿੱਗ ਸਕਦੇ ਹਾਂ। ਮੂਧੇ ਮੂੰਹ ਵੀ ਡਿੱਗਿਆ ਜਾ ਸਕਦਾ, ਪਿਛਲ ਖੋਰੀ ਵੀ ਡਿੱਗਿਆ ਜਾ ਸਕਦਾ। ਕਹਿੰਦੇ ਜਾਵਾਂਗੇ ਕਿੰਨਾ ਡੂੰਘਾ, ਇਹਦਾ ਕੋਈ ਅੰਦਾਜ਼ਾ ਨਹੀਂ ਹੈਗਾ, ਇਸ ਲਈ ਇਹ ਬਾਰੀ ਹੈ। ਮਾਰੀ ਕਹਿੰਦੇ ਅਬਰ ਕਾਜ ਤੇਰਾ ਕਿਤੇ ਨਾ ਕਾਮ, ਆਹ ਜਿਹੜਾ ਦੁਨੀਆਂ ਦੇ ਦਾਰੀ ਦੇ ਕੰਮ ਆ ਨਾ, ਇਹ ਆਉਣੀ ਮਹਾਰਾਜ ਨੇ ਕਿਹਾ ਵੀ ਕਰਨੇ ਨਹੀਂ ਚਾਹੀਦੇ। ਸਾਡੇ ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਉਪਦੇਸ਼ ਦਿੱਤਾ, ਕਿਰਤ ਕਰੋ, ਵੰਡ ਛਕੋ, ਪਰ ਨਾਲ ਸਭ ਤੋਂ ਵੱਡਾ ਕਰਮ ਨਾਮ ਜਪੋ। ਮਾਰੀ ਕਹਿੰਦੇ ਨਾਮ ਦੇ ਨਾਲ ਨਾਲ ਸਰਬੱਤ ਦਾ ਭਲਾ ਮੰਗੋ। ਇਹ ਗੁਰੂ ਪਾਤਸ਼ਾਹ ਗੁਰੂ ਬਾਣੀ ਦੇ ਵਿੱਚ ਸਾਨੂੰ ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ, ਉਹ ਗੁਣ, ਉਹ ਗਿਆਨ, ਉਹ ਕਰਮ ਸਮਝਾ ਰਹੇ ਹੈ। ਆਓ ਆਪਾਂ ਸਾਰੀ ਗੁਰਸੰਗਤ ਪ੍ਰੇਮ ਪਿਆਰ ਨਾਲ ਦਸਾਂ ਗੁਰੂਆਂ ਦੀ ਆਤਮਕ ਜੋਤ, ਸ਼ਬਦ ਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਬਾਣੀ ਦੇ ਵਿੱਚੋਂ ਆਪਾਂ ਸਰਵਣ ਕਰੀਏ। ਸੱਚੇ ਪਾਤਸ਼ਾਹ ਇਉਂ ਕਹਿ ਰਹੇ ਨੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਂਕਾਰ
ਸਤਿਗੁਰ ਪ੍ਰਸਾਦ ਰਾਗ ਪਾਈਏ ਵੱਡੀ ਵਡਿਆਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਲਾਹੀ ਬਾਣੀ ਦੇ ਵਿੱਚ ਆਸਾ ਰਾਗ ਦਾ ਸ਼ਬਦ ਹੈ, ਅੱਠ ਪਦਾਂ ਦਾ ਸ਼ਬਦ ਹੈ। ਗੁਰਮੁਖ ਪਿਆਰਿਓ, ਅੱਠਵੇਂ ਘਰ ਦੇ ਵਿੱਚ ਗਾਉਣ ਵਾਲਾ ਸ਼ਬਦ ਹੈ ਇਹ। ਕਾਫੀ ਰੂਪ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਕੋਟ ਬ੍ਰਹਿਮੰਡ ਕੇ ਠਾਕਰ, ਇਲਾਹੀ ਜੋਤ, ਕੁਦਰਤ ਕ੍ਰਿਸ਼ਮਾ, ਬ੍ਰਹਮ ਗਿਆਨ ਦੇ ਸੂਰਜ, ਸ਼ਾਂਤੀ ਦੇ ਸੋਮੇ, ਦਿਆ ਦੇ ਸਾਗਰ, ਰਹਿਮਤਾਂ ਦੇ ਦਾਤੇ, ਕੁਦਰਤ ਦੇ ਕਾਦਰ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਗੁਰੂ ਨਾਨਕ ਪਾਤਸ਼ਾਹ ਦਾ ਤੀਸਰਾ ਜੋਤ ਸਰੂਪ ਗੁਰੂ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ। ਗੁਰਮੁਖ ਪਿਆਰਿਓ, ਤੀਸਰੇ ਪਾਤਸ਼ਾਹ ਨੇ ਇਹ ਸ਼ਬਦ ਦੇ ਵਿੱਚ ਪਹਿਲਾਂ ਮੰਗਲਾਚਾਰਨ ਉਚਾਰਨ ਕਰਿਆ। ਇਹ ਜਿਹੜਾ ਮੰਗਲਾਚਾਰਨ, ਇਹਦਾ ਭਾਵ ਉਹ ਪਰਮਾਤਮਾ ਪਰਮੇਸ਼ਰ ਦੇ ਨਾਮ ਦੀ ਉਸਤਤੀ ਹੈ। ਗੁਰੂ ਮਹਾਰਾਜ ਨੇ ਜਿੰਨਾ ਨਾਮ ਦਾ ਮਹਾਤਮ ਦੱਸਿਆ, ਉਹਦੀ ਪ੍ਰਾਪਤੀ ਦੇ ਗੁਣ ਦੱਸੇ ਹੈ, ਸਾਰਿਆਂ ਤੋਂ ਪਹਿਲਾਂ ਉਹ ਪਰਮੇਸ਼ਰ ਦੀ ਉਸਤਤੀ ਕਰੀ ਆ ਵੀ ਆਪਾਂ ਨਾਮ ਜਪਣਾ ਕੀਤਾ, ਉਹ ਨਾਮ ਜਪਣ ਵਾਲੇ ਦੇ ਗੁਣ ਕੀ ਹੈ, ਉਹਦੇ ਕੋਲੋਂ ਪ੍ਰਾਪਤੀਆਂ ਕੀ ਕਰਨੀਆਂ। ਇਸ ਲਈ ਪਹਿਲਾਂ ਮੰਗਲਾਚਰਨ ਮਹਾਰਾਜ ਕਹਿੰਦੇ ਆ, ਕੀ ਕਹਿੰਦੇ, ਇੱਕ ਓਂਕਾਰ ਸਤਿਗੁਰ ਪ੍ਰਸ਼ਾਦ, ਆਹ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ। ਇੱਕ ਓਂਕਾਰ ਦਾ ਭਾਵ ਪਰਮੇਸ਼ਰ ਦਾ ਇਹ ਗੁਣ ਹੈ। ਜੇ ਗੁਰਮੁਖ ਪਿਆਰਿਓ ਆਪਾਂ ਉਹਦੀ ਉਸਤਤੀ ਕਰੀਏ, ਪਰਮਾਤਮਾ ਸਰਬ ਵਿਆਪਕ ਆ ਪਰ ਇੱਕ ਹੈ, ਪਰਮੇਸ਼ਰ ਜਰੇ ਜਰੇ ਦੇ ਵਿੱਚ ਵੱਸਦਾ ਪਰ ਉਹ ਇੱਕ ਹੈ। ਉਸ ਪਰਮਾਤਮਾ ਪਰਮੇਸ਼ਰ ਨੇ ਸਾਨੂੰ ਸਾਰੀਆਂ ਸ਼ਕਤੀਆਂ ਦਿੱਤੀਆਂ ਪਰ ਗੁਰਮੁਖ ਪਿਆਰਿਓ ਪ੍ਰਭੂ ਇੱਕ ਹੈ। ਉਹ ਗੁਰਮੁਖ ਪਿਆਰਿਓ ਦਾ ਨਾਮ ਕੋਈ ਕਿਸੇ ਢੰਗ ਤਰੀਕੇ ਦੇ ਨਾਲ ਲਵੇ, ਕਿਸੇ ਭਾਸ਼ਾ ਦੇ ਵਿੱਚ ਲਵੇ, ਪਰ ਉਹ ਨਿਰੰਕਾਰ ਇੱਕ ਹੈ। ਫਿਰ ਮਹਾਰਾਜ ਨੇ ਉਹਦਾ ਵਰਣਨ ਕਰਕੇ ਦੱਸਿਆ, ਉਹ ਕਹਿੰਦੇ ਭਾਈ ਜੇ ਉਸ ਪ੍ਰਭੂ ਪਰਮਾਤਮਾ ਦਾ ਅਸੀਂ ਭਾਵ ਦੇਖਣਾ ਕਿਵੇਂ ਪਤਾ ਲੱਗੂ। ਫਿਰ ਕਹਿੰਦੇ ਇੱਕ ਓਂਕਾਰ, ਇਹ ਤਿੰਨ ਮਾਤਰਾ, ਕਾਰ ਆਕਾਰ ਮਾਕਾਰ। ਕਾਰ ਕੀ ਹੈ ਮਹਾਰਾਜ ਕਹਿੰਦੇ ਬ੍ਰਹਮਾ, ਜਿਹੜਾ ਬ੍ਰਹਮਾ ਨਾ ਉਹ ਕੁਦਰਤ ਦੁਨੀਆਂ ਨੂੰ ਰਚਣ ਹਾਰਾ ਹੈ। ਆਕਾਰ ਵਿਸ਼ਨੂੰ ਹੈ, ਸਭ ਨੂੰ ਪਾਲਣ ਹਾਰਾ। ਮਾਕਾਰ ਸ਼ਿਵਜੀ ਹੈ, ਸਭ ਨੂੰ ਸਮਾਪਤ ਕਰਨ ਵਾਲਾ ਹੈ। ਪਰ ਮਹਾਰਾਜ ਕਹਿੰਦੇ ਤਿੰਨਾਂ ਦਾ ਜੇ ਇਕੱਠਿਆਂ ਦਾ ਨਾਮ ਲੈਣਾ ਕੀ ਹੋਵੇਗਾ, ਓਂਕਾਰ। ਇਹ ਕਹਿੰਦੇ ਓਮਕਾਰ ਭਾਵ ਤਿੰਨ ਦੇਵਤਿਆਂ ਦਾ ਨਾਮ, ਕਾਰ ਆਕਾਰ ਮਾਕਾਰ। ਇਹ ਤਿੰਨ ਕੁਦਰਤ ਦੇ ਮਾਲਕ ਨਹੀਂ, ਤਿੰਨ ਕੁਦਰਤ ਦੇ ਸੰਚਾਲਕ ਨੇ, ਕੰਮ ਚਲਾਉਣ ਵਾਲੇ ਆ। ਇਹ ਗੁਰਮੁਖ ਪਿਆਰਿਓ ਤਿੰਨੇ ਸੱਤ ਨਹੀਂ ਗਏ, ਇੱਕ ਦਿਨ ਬਿਣਸ ਜਾਣਗੇ। ਇਹਨਾਂ ਦਾ ਜਨਮ ਵੀ ਹੋਇਆ ਤੇ ਮਰਨ ਵੀ ਹੋਏਗਾ। ਪਰ ਕਹਿੰਦੇ ਜਿਹੜਾ ਨਿਰੰਕਾਰ ਪਰਮੇਸ਼ਰ ਆ ਨਾ, ਇੱਕ ਹੈ, ਉਹ ਜਨਮ ਮਰਨ ਤੋਂ ਰਹਿਤ ਹੈ, ਉਹ ਸਦਾ ਸੱਤ ਹੈ, ਉਹ ਸਰਬਮਈ ਵਿਆਪਕ ਹੈ। ਇੱਥੇ ਆਪਾਂ ਪ੍ਰਭੂ ਪਰਮਾਤਮਾ ਪਰਮੇਸ਼ਰ ਨਿਰੰਕਾਰ ਦੇ ਨਾਮ ਦਾ ਮਹਾਤਮ ਦੱਸਿਆ ਗਿਆ। ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਿਹੜੇ ਗੁਣ ਹੈ, ਮਹਾਰਾਜ ਕਹਿੰਦੇ ਉਹ ਨਿਰੰਕਾਰ ਸੱਤ ਹੈ। ਸੱਤ ਦਾ ਭਾਵ ਬਿਣਸਦਾ ਨਹੀਂ, ਖਤਮ ਨਹੀਂ ਹੁੰਦਾ, ਜਨਮ ਔਰ ਮਰਨ ਤੋਂ ਰਹਿਤ ਹੈ। ਫਿਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਗੁਰਮੁਖ ਪਿਆਰੇ ਉਹਦੀ ਪ੍ਰਾਪਤੀ ਕਹਿੰਦੇ ਬੜੇ ਲੋਕਾਂ ਨੇ ਕਰਿਆ। ਜੇ ਤੁਸੀਂ ਇਤਿਹਾਸ ਆਪਾਂ ਸਾਰੇ ਪੜ੍ਹਾਂਗੇ ਨਾ, ਵੇਦਾਂ ਦੇ ਵਿੱਚ ਲਿਖਿਆ ਹੈ, ਕਹਿੰਦੇ ਬ੍ਰਹਮਾ ਨੂੰ ਸ਼ਕਤੀ ਕਿੱਥੋਂ ਮਿਲੀ ਆ ਅਸ ਦੁਨੀਆਂ ਸਾਜਣ ਦੀ। ਪਿਆਰਿਓ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਸ਼ਕਤੀ ਮਿਲੀ ਹੈ।
ਕਹਿੰਦੇ ਵਿਸ਼ਨੂੰ ਨੂੰ ਸ਼ਕਤੀ ਕਿੱਥੋਂ ਮਿਲੀ ਆ? ਸਭ ਦੀ ਪਾਲਣਾ ਕਰਨ ਦੀ ਪਰਮੇਸ਼ਰ ਦਾ ਨਾਮ ਜਪ ਕੇ ਮਿਲੀ ਹੈ। ਕਹਿੰਦੇ ਜਿਹੜਾ ਸ਼ਿਵ ਹੈ ਉਹ ਕਹਿੰਦੇ ਸਾਰੀ ਦੁਨੀਆ ਨੂੰ ਸੰਪੂਰਨ ਕਰਨਾ, ਜਿਹੜਾ ਆਖਰੀ ਸੰਦੇਸ਼ ਦੇਣਾ ਉਹਦੇ ਹੱਥ ਹੈ। ਉਹ ਕਹਿੰਦੇ ਉਹਨੂੰ ਸ਼ਕਤੀ ਕਿੱਥੋਂ ਮਿਲੀ ਹੈ? ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ। ਕਹਿੰਦੇ ਜਿਹੜਾ ਸ਼ਿਵ ਹੈ ਨਾ ਉਹਨੂੰ ਦੇਵਾਂ ਦਾ ਦੇਵ ਕਹਿੰਦੇ ਆ। ਕਿਉਂ? ਕਹਿੰਦੇ ਉਹ ਸਭ ਡਿਊਟੀਆਂ ਵੰਡ ਕੇ ਆਪ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਮਸਤੀ ਦੇ ਵਿੱਚ ਤਾੜੀ ਲਾ ਕੇ ਉਹਦਾ ਨਾਮ ਜਪ ਰਿਹਾ ਹੈ। ਉਹ ਗੁਰਮੁਖ ਪਿਆਰਿਓ ਕਹਿੰਦੇ ਤਿੰਨੇ ਦੇਵ ਆ ਜਿਹੜੇ, ਇਹਨਾਂ ਤਿੰਨਾਂ ਦਾ ਮਾਲਕ ਇੱਕੋ ਹੀ ਹੈ, ਨਿਰੰਕਾਰ ਪਰਮੇਸ਼ਰ। ਇਹ ਕਹਿੰਦੇ ਜਦੋਂ ਸਾਰੀ ਕੁਦਰਤ ਖਤਮ ਹੁੰਦੀ ਹੈ ਤਿੰਨੇ ਵੀ ਖਤਮ ਹੋ ਜਾਂਦੇ ਆ, ਪਰ ਉਦੋਂ ਪਰਮੇਸ਼ਰ ਰਹਿ ਜਾਂਦਾ। ਕਹਿੰਦੇ ਜਿਹੜਾ ਪਰਮਾਤਮਾ ਪਰਮੇਸ਼ਰ ਉਹ ਸੱਤ ਹੈ। ਉਸ ਪਰਮਾਤਮਾ ਦੀ ਪ੍ਰਾਪਤੀ ਕਰਨ ਲਈ ਮਹਾਰਾਜ ਕਹਿੰਦੇ ਕੀ ਗੁਣ ਹੈ? ਕਹਿੰਦੇ ਗੁਰੂ। ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਆਪਾਂ ਨੂੰ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਦੇ ਰਹੇ ਆ। ਹੁਣ ਉਹ ਪ੍ਰਾਪਤੀ ਕੀ ਹੈ? ਮਹਾਰਾਜ ਕਹਿੰਦੇ ਭਾਈ ਗੁਰੂ ਹੈ ਨਾ ਜਿਹੜਾ ਉਹ ਬਖਸ਼ਿਸ਼ ਕਰਦਾ ਹੈ। ਬਖਸ਼ਿਸ਼ ਕੀ ਕਰਦਾ ਹੈ? ਪ੍ਰਸ਼ਾਦ। ਜਿਹੜਾ ਪ੍ਰਸ਼ਾਦ ਆ ਨਾ, ਪ੍ਰਸ਼ਾਦ ਕਿਰਪਾ ਨੂੰ ਕਿਹਾ ਜਾਂਦਾ। ਜਿਹੜਾ ਪ੍ਰਸ਼ਾਦ ਹੈ ਉਹ ਸਾਡੇ ਜੀਵਨ ਦੀ ਸ਼ੁੱਧੀ ਲਈ ਹੈ। ਪ੍ਰਸ਼ਾਦ ਕਿਰਪਾ ਰੂਪ ਕੀ ਹੈ? ਨਾਮ। ਮਹਾਰਾਜ ਕਹਿੰਦੇ ਜਿਹੜਾ ਨਾਮ ਆ ਨਾ, ਜਿਵੇਂ ਆਹ ਪ੍ਰਸ਼ਾਦ ਆ, ਭੋਜਨ ਨੂੰ ਵੀ ਆਪਾਂ ਪ੍ਰਸ਼ਾਦ ਕਹਿੰਦੇ ਹਾਂ, ਜੇ ਲੰਗਰ ਦਾ ਭੋਜਨ ਆ ਨਾ ਪ੍ਰਸ਼ਾਦ ਆ। ਇਹ ਗੁਰੂ ਦਾ ਸ਼ੀਤਲ ਪ੍ਰਸ਼ਾਦ ਹੈ ਜਿਹੜਾ ਲੰਗਰ ਦਾ ਭੋਜਨ ਹੈ, ਸ਼ਾਂਤੀ ਦੇਣ ਵਾਲਾ ਭੋਜਨ। ਗੁਰਮੁਖ ਪਿਆਰਿਓ ਪਰ ਇਹ ਸ਼ਾਂਤੀ ਕਿਹਨੂੰ ਦਿੰਦਾ ਹੈ? ਇਹ ਸਾਡੀ ਭੁੱਖ ਖਤਮ ਹੋ ਜਾਂਦੀ ਹੈ, ਸਰੀਰ ਨੂੰ ਸ਼ਕਤੀ ਮਿਲਦੀ ਹੈ। ਇੱਕ ਉੱਚੇ ਵਿਚਾਰ ਹੈ ਉਹਦੇ ਨਾਲ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਇੱਕ ਗੁਰਮੁਖ ਪਿਆਰੇ ਉਹ ਤੋਂ ਅੱਗੇ ਨਾਮ ਆ, ਉਹ ਆਤਮਕ ਸ਼ਾਂਤੀ ਦਿੰਦਾ। ਇੱਥੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਪ੍ਰਸ਼ਾਦ ਆ ਉਹ ਨਾਮ ਹੈ। ਨਾਮ ਜਪਣ ਦੇ ਨਾਲ ਸਾਨੂੰ ਪੂਰਨ ਸ਼ਕਤੀ ਮਿਲਦੀ ਹੈ, ਪੂਰਨ ਸ਼ਕਤੀ। ਤੇ ਜੇ ਪ੍ਰਸ਼ਾਦ ਬਣਾਉਣਾ ਹੋਵੇ ਨਾ, ਤਿੰਨ ਚੀਜ਼ਾਂ ਦਾ ਸਮੇਲ ਹੈ। ਜੇ ਆਪਾਂ ਪ੍ਰਸ਼ਾਦ ਬਣਾਉਣਾ, ਤਿੰਨ ਚੀਜ਼ਾਂ ਚਾਹੀਦੀਆਂ। ਹੁਣ ਆਪਾਂ ਸਾਰੇ ਤਖ਼ਤ ਸਾਹਿਬ ਤੇ ਗੁਰਸੰਗਤਾਂ ਜਾ ਕੇ ਆਏ ਹਾਂ। ਉੱਥੇ ਪਹਿਲਾ ਕਰਮ ਹਰ ਬੰਦੇ ਦਾ ਹੁੰਦਾ ਵੀ ਗੁਰੂ ਦੇ ਦਰਬਾਰ 'ਚ ਪ੍ਰਸ਼ਾਦ ਚੜ੍ਹਾਈਏ। ਬਈ ਉਹ ਜਿਹੜਾ ਪ੍ਰਸ਼ਾਦ ਆ ਉਹ ਕੀ ਹੈ? ਕੜਾਹ ਪ੍ਰਸ਼ਾਦ ਆਪਾਂ ਉੱਥੋਂ ਪ੍ਰਾਪਤ ਕਰਦੇ ਹਾਂ। ਉਹ ਜਿਹੜਾ ਕੜਾਹ ਪ੍ਰਸ਼ਾਦ ਆ ਨਾ, ਉਹ ਤਿੰਨ ਮੇਲ ਆ, ਖੰਡ, ਘੀ, ਆਟਾ। ਇਹ ਤਿੰਨ ਚੀਜ਼ਾਂ ਮਿਲਾ ਦਿਓ, ਪ੍ਰਸ਼ਾਦ ਬਣ ਜਾਏਗਾ। ਪਰ ਗੁਰਮੁਖ ਪਿਆਰਿਓ ਜੀ, ਉਹਦੇ ਵਿੱਚ ਜਲਣਾ ਨਾਲ ਪਾਇਆ ਤਿੰਨੇ ਚੀਜ਼ਾਂ ਦਾ ਪ੍ਰਸ਼ਾਦ ਨਹੀਂ ਬਣਨਾ, ਨਾਲ ਜਲ ਚਾਹੀਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦਾ ਧਿਆਨ, ਵਾਹਿਗੁਰੂ ਦਾ ਨਾਮ ਤੇ ਗੁਰੂ ਦੀ ਕਿਰਪਾ, ਇਹ ਤਿੰਨ ਚੀਜ਼ਾਂ ਪ੍ਰਸ਼ਾਦ ਰੂਪ ਹੈ। ਪਰ ਨਾਲ ਕਹਿੰਦੇ ਜਿਵੇਂ ਕਹਿੰਦੇ ਪ੍ਰਸ਼ਾਦ ਵਿੱਚ ਜਲ ਪਾਉਣਾ ਨਾ, ਇਸੇ ਤਰ੍ਹਾਂ ਉਹ ਨਾਮ ਨੂੰ ਜਪਣਾ ਹੈ। ਜਦੋਂ ਜਪਾਂਗੇ ਫਿਰ ਸਾਨੂੰ ਉਹ ਪਰਮਾਤਮਾ ਪ੍ਰਸ਼ਾਦ ਪਰਮੇਸ਼ਰ ਦੀ ਕਿਰਪਾ ਦੀ ਪ੍ਰਾਪਤੀ ਹੋਵੇਗੀ। ਜਿਹੜੀ ਪਰਮਾਤਮਾ ਦੀ ਕਿਰਪਾ ਉਹਦੇ ਪੱਖ ਆ, ਕਹਿੰਦੇ ਇੱਕ ਪਾਤਰ ਹੈ, ਇੱਕ ਸੁਪਾਤਰ ਹੈ, ਇੱਕ ਕੁਪਾਤਰ ਹੈ। ਸੁਪਾਤਰ ਉਹਨੂੰ ਕਹਿੰਦੇ ਆ ਜਿਹੜਾ ਉਹ ਕਿਰਪਾ ਨੂੰ ਪ੍ਰਾਪਤ ਕਰਕੇ ਉਹਦੇ ਨਾਲ ਆਨੰਦ ਲੈ ਕੇ ਪੂਰਨ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਾਪਤ ਕਰ ਲੈਂਦਾ। ਪਾਤਰ ਕੌਣ ਹੈ? ਕਹਿੰਦੇ ਜਿਹੜਾ ਮੌਕਾ ਮਿਲਿਆ, ਜ਼ਰੂਰਤ ਪਈ ਤਾਂ ਉਹਨੂੰ ਯਾਦ ਕਰ ਲਿਆ। ਕੁਪਾਤਰ ਕੌਣ ਹੈ? ਕਹਿੰਦੇ ਰੱਬ ਪਰਮਾਤਮਾ ਪਰਮੇਸ਼ਰ ਤੋਂ ਮਨਮੁੱਖ ਹੋ ਜਾਂਦੇ ਆ ਜਿਹੜੇ, ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ। ਇਸ ਲਈ ਗੁਰਮੁਖ ਪਿਆਰੇ ਉਹ ਕਹਿੰਦੇ ਗੁਰੂ ਕਿਰਪਾ ਉਹਨਾਂ 'ਤੇ ਕਰਦਾ ਹੈ ਜਿਹੜੇ ਗੁਰੂ ਮਹਾਰਾਜ ਦੀ ਸ਼ਰਨ 'ਚ ਆ ਜਾਂਦੇ ਆ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਈਦੀ ਹੈ ਤਾਂ ਫਿਰ ਗੁਰੂ ਦੀ ਕਿਰਪਾ। ਹੁਣ ਆਪਾਂ ਸਾਰੀਆਂ ਗੁਰਸੰਗਤਾਂ ਆ ਗੁਰੂ ਮਹਾਰਾਜ ਦੀ ਸ਼ਰਨ 'ਚ ਆ। ਇਹ ਸੰਗਤ ਆ ਨਾ ਜਿਹੜੀ, ਇਹਦੇ ਤਿੰਨ ਪੱਖ ਹੈ। ਇੱਕ ਕੇਵਲ ਸੰਗਤ ਹੈ, ਇੱਕ ਸਾਧ ਸੰਗਤ ਹੈ, ਇੱਕ ਗੁਰੂ ਸੰਗਤ ਹੈ। ਜਿਹੜੀ ਸੰਗਤ ਹੈ ਕੇਵਲ ਤਾਂ ਜੇ ਲੋਕਾਂ ਦਾ ਸਮੂਹ ਹੈ, ਪਰ ਜੇ ਉਹਦੇ ਵਿੱਚ ਵਾਹਿਗੁਰੂ ਦੇ ਗੁਣ ਗਾਉਣ, ਉਹਨੂੰ ਕਹਿੰਦੇ ਆ ਸਤ ਸੰਗਤ।
ਜੇ ਉਹਦੇ ਵਿੱਚ ਕੋਈ ਮਹਾਤਮਾ ਬੰਦਗੀ ਜਪਣ ਵਾਲਾ ਸਿਮਰਨ ਕਰਨ ਵਾਲਾ ਆਵੇ ਉਹਨੂੰ ਕਹਿੰਦੇ ਸਾਧ ਸੰਗਤ, ਤੇ ਜੇ ਗੁਰਮੁਖ ਪਿਆਰੇ ਉਸ ਸੰਗਤ ਦੇ ਵਿੱਚ ਗੁਰੂ ਹੋਵੇ ਫਿਰ ਉਹਨੂੰ ਕਹਿੰਦੇ ਆ ਗੁਰੂ ਸੰਗਤ। ਹੁਣ ਆਪਾਂ ਕੀ ਹੈ? ਆਪਾਂ ਸਾਰੀ ਸੰਗਤ ਹੈ, ਆਪਣੇ ਵਿੱਚ ਆਪਣਾ ਗੁਰੂ ਬਿਰਾਜਮਾਨ ਹੈ, ਇਹਨੂੰ ਕਹਿੰਦੇ ਆ ਗੁਰੂ ਸੰਗਤ। ਇਹ ਭਾਗਾਂ ਵਾਲਾ ਸਮਾਂ ਹੈ। ਇੱਥੇ ਮਹਾਰਾਜ ਕਹਿੰਦੇ ਗੁਰੂ ਕਿਰਪਾ ਕਰਦਾ, ਗੁਰੂ ਦਾ ਪ੍ਰਸ਼ਾਦ ਹੈ। ਹੁਣ ਗੁਰੂ ਪ੍ਰਸ਼ਾਦ ਆਪਾਂ ਨੂੰ ਦੇ ਰਿਹਾ, ਪਰ ਆਪਾਂ ਪ੍ਰਾਪਤ ਤਾਂ ਕਰਨਾ ਨਾ। ਹੁਣ ਜੇ ਤੱਕ ਇੱਥੇ ਗੱਲਾਂ ਕਰਕੇ ਮੁੜ ਜਾਂਗੇ ਫਿਰ ਆਪਾਂ ਕੁਪਾਤਰ ਬਣ ਜਾਂਗੇ। ਗੁਰੂ ਮਹਾਰਾਜ ਪ੍ਰਸ਼ਾਦ ਦੇਊਗਾ ਪਰ ਸਾਡੀ ਝੋਲੀ ਖਾਲੀ ਰਹਿ ਜਾਣੀ ਹੈ। ਤੇ ਜੇ ਗੁਰਮੁਖ ਪਿਆਰੇ ਹੋਏ ਗੱਲਾਂ ਗੁਰੂ ਮਹਾਰਾਜ ਦੀ ਬਾਣੀ ਸੁਣ ਲਈ ਫਿਰ ਸਾਡੀ ਝੋਲੀ ਦੇ ਵਿੱਚ ਆ ਜਾਏਗਾ, ਆਪਾਂ ਪਾਤਰ ਬਣ ਜਾਂਗੇ। ਤੇ ਜੇ ਉੱਠਣ ਲੱਗੇ ਝੋਲੀ ਛੱਡ ਕੇ ਫਿਰ ਪੱਲੇ ਕੁਛ ਨਹੀਂ ਪੈਣਾ। ਇਹ ਗੁਰੂ ਮਹਾਰਾਜ ਦੇ ਬਚਨ ਨੂੰ ਜੇ ਹਿਰਦੇ ਦੇ ਵਿੱਚ ਵਸਾ ਲਿਆ ਫਿਰ ਅਸੀਂ ਸੁਪਾਤਰ ਹੈ। ਉਹ ਵਸਾਉਣ ਦਾ ਭਾਵ ਗੁਰੂ ਮਹਾਰਾਜ ਦੱਸ ਰਹੇ ਆ। ਕੀ ਕਹਿੰਦੇ? ਹੇ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਆ ਗੁਰ ਤੇ ਸ਼ਾਂਤ ਉਪਜੈ ਜਨ ਤ੍ਰਿਸ਼ਨਾ ਅਗਨ ਵਜਾਈ, ਗੁਰ ਤੇ ਨਾਮ ਪਾਈ ਹੈ ਵੱਡੀ ਵਡਿਆਈ। ਜਿਹੜੀ ਸ਼ਾਂਤੀ ਹੈ ਕਿੱਥੋਂ ਮਿਲਦੀ ਹੈ ਗੁਰਮੁਖ ਪਿਆਰਿਓ? ਸ਼ਾਂਤੀ ਨਾਮ ਤੋਂ ਬਣਾ ਨਹੀਂ ਉਹ ਪਿਆਰਿਓ ਮਿਲਦੀ। ਜਿੰਨਾ ਚਿਰ ਨਾ ਬੰਦੇ ਕੋਲੇ ਨਾਮ ਨਹੀਂ ਗਾ ਉਹਦੇ ਕੋਲੇ ਕੀ ਆ? ਗੁੱਸਾ ਹੈ। ਜਿਹੜੇ ਬੰਦੇ ਕੋਲੇ ਨਾਮ ਹੈ ਨਹੀਂ ਨਾ ਉਹਦੇ ਕੋਲੇ ਗੁੱਸਾ ਹੈ। ਜੇ ਕਿਸੇ ਦਾ ਹੱਥ ਲੱਗ ਗਿਆ ਤਾਂ ਕ੍ਰੋਧ ਨਾਲ ਝਾਕਣਾ, ਜੇ ਕਿਸੇ ਨੇ ਊਂ ਬੁਲਾ ਲਿਆ ਉਹਦੇ ਵੱਲੀ ਕ੍ਰੋਧ ਨਾਲ ਝਾਕਣਾ, ਜੇ ਕਿਸੇ ਨੇ ਗੱਲ ਨਾ ਕਰੀ ਉਹਦੇ ਨਾਲ ਵੀ ਕ੍ਰੋਧ ਨਾਲ ਝਾਕਣਾ, ਤੇ ਜੇ ਕਿਸੇ ਨੇ ਗੱਲ ਨਾ ਸੁਣੀ ਉਹਦੇ ਨਾਲ ਵੀ ਕ੍ਰੋਧ ਨਾਲ ਝਾਕਣਾ। ਅੰਦਰ ਗੁੱਸਾ ਹੈ ਬਈ ਇਹ ਮੇਰੀ ਗੱਲ ਹੀ ਨਹੀਂ ਸੁਣਦਾ। ਜੇ ਨਾਮ ਨਹੀਂ ਫਿਰ ਇਹ ਤੋਂ ਅਗਲੀ ਅਵਸਥਾ ਵੀ ਹੈ, ਫਿਰ ਕ੍ਰੋਧ ਆ। ਪਹਿਲਾਂ ਗੁੱਸਾ ਫਿਰ ਕ੍ਰੋਧ। ਕ੍ਰੋਧ ਕੀ ਹੈ? ਜੇ ਕੋਈ ਆਪਣੀ ਗੱਲ ਨਾ ਮੰਨੇ ਫਿਰ ਗੁੱਸਾ, ਜੋ ਕਿਹਾ ਮੇਰਾ ਸਹੀ ਹੈ ਜੇ ਨਹੀਂ ਮੰਨਦਾ ਫਿਰ ਗੁੱਸਾ, ਜੋ ਮੈਂ ਕਰਿਆ ਉਹ ਸਹੀ ਹੈ ਜੇ ਕੋਈ ਨਹੀਂ ਉਵੇਂ ਸਮਝਦਾ ਫਿਰ ਗੁੱਸਾ। ਭਾਵ ਇਹਨੂੰ ਕ੍ਰੋਧ ਕਹਿੰਦੇ ਆ। ਛੋਟੀ ਛੋਟੀ ਗੱਲ 'ਤੇ ਦੂਜਿਆਂ ਨਾਲ ਲੜੀ ਜਾਣਾ ਇਹ ਤੋਂ ਅਗਲਾ ਪੱਖ ਕੀ ਹੈ? ਇਹਨੂੰ ਕਹਿੰਦੇ ਆ ਹੰਕਾਰ। ਜਿਹੜਾ ਹੰਕਾਰ ਆ ਨਾ ਇਹ ਆਤਮਕ ਦੁੱਖ ਹੈ। ਇਹ ਤਿੰਨ ਤਾਪ ਹੈ, ਇੱਕ ਸਰੀਰ ਨੂੰ ਚੜ੍ਹਦਾ, ਇੱਕ ਦਿਮਾਗ ਨੂੰ ਚੜ੍ਹਦਾ, ਇੱਕ ਮਨ ਨੂੰ ਚੜ੍ਹਦਾ, ਇੱਕ ਆਤਮਾ ਨੂੰ। ਸਰੀਰ ਨੂੰ ਚੜ੍ਹਨ ਵਾਲੇ ਤਿੰਨ ਤਾਪ ਹੈ, ਇਹ ਤਿੰਨਾਂ ਚੀਜ਼ਾਂ ਨੂੰ ਚੜ੍ਹਨ ਵਾਲੇ ਤਿੰਨ ਤਾਪ ਹੈ। ਗੁੱਸਾ ਦਿਮਾਗ ਨੂੰ ਚੜ੍ਹ ਜਾਂਦਾ ਹੈ, ਜਿਹੜਾ ਕ੍ਰੋਧ ਆ ਮਨ ਨੂੰ ਹੁੰਦਾ, ਅਤੇ ਹੰਕਾਰ ਆਤਮਾ ਨੂੰ ਹੁੰਦਾ। ਮਹਾਰਾਜ ਕਹਿੰਦੇ ਇਹ ਸ਼ਾਂਤੀ ਕਿੱਥੋਂ ਮਿਲੇਗੀ? ਗੁਰ ਤੇ ਸ਼ਾਂਤ ਉਪਜੈ, ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਕਹਿੰਦੇ ਉਹਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ। ਨਾ ਉਹਨੂੰ ਛੇਤੀ ਗੁੱਸਾ ਆਵੇ, ਨਾ ਛੇਤੀ ਕਹਿੰਦੇ ਕਿਸੇ 'ਤੇ ਕ੍ਰੋਧ ਹੋਵੇ, ਅਤੇ ਨਾ ਉਹਦੇ ਅੰਦਰ ਹੰਕਾਰ ਉਤਪੰਨ ਹੋਵੇ। ਇਹ ਮਹਾਰਾਜ ਨੇ ਗੁਣ ਦੱਸੇ ਆ। ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਸਾਡੇ ਅੰਦਰ ਸ਼ਾਂਤੀ ਉਪਜਦੀ ਹੈ, ਪੈਦਾ ਹੋਣ ਲੱਗ ਜਾਂਦੀ ਹੈ, ਅੰਦਰ ਗਿਆਨ ਆਉਣ ਲੱਗ ਜਾਂਦਾ। ਜਿਵੇਂ ਤ੍ਰਿਸ਼ਨਾ ਅਗਨ ਬੁਝਾਈ, ਮਹਾਰਾਜ ਕਹਿੰਦੇ ਇੱਕ ਅੱਗ ਹੋਰ ਹੈ, ਉਹ ਕਾਹਦੀ ਹੈ? ਕਹਿੰਦੇ ਜਿਹਦੇ ਨਾਲ ਮਨ ਅਸ਼ਾਂਤ ਰਹਿੰਦਾ। ਮਨ ਤ੍ਰਿਸ਼ਨਾ, ਜਿਹੜੀ ਤ੍ਰਿਸ਼ਨਾ ਇਹ ਅੱਗ ਹੈ। ਗੁਰਮੁਖ ਪਿਆਰਿਓ, ਜੇ ਅੱਗ ਦੇ ਉੱਤੇ ਆਪਾਂ ਲੱਕੜਾਂ ਰੱਖਾਂਗੇ ਅੱਗ ਨਹੀਂ ਬੁਝਣੀ, ਅੱਗ ਦੇ ਉੱਤੇ ਪਾਣੀ ਦਾ ਸਿੱਟਾ ਦੇਣਾ ਪਏਗਾ। ਮਹਾਰਾਜ ਕਹਿੰਦੇ ਜਿਹੜੀ ਤ੍ਰਿਸ਼ਨਾ ਨਾਮ ਤੋਂ ਬਿਨਾ ਨਹੀਂ ਬੁਝਣੀ। ਜੇ ਆਪਣੇ ਕੋਲੇ ਦੁਨੀਆਂ ਭਰ ਦੇ ਪਦਾਰਥ ਆ ਜਾਣ ਨਾ ਫਿਰ ਮਨ ਗਾਂਹ ਵੱਧਦਾ। ਜੇ ਕੋਈ ਸਾਈਕਲ 'ਤੇ ਆ ਉਹ ਕਹਿੰਦਾ ਮੇਰੇ ਕੋਲੇ ਸਕੂਟਰ ਹੋਵੇ, ਜੇ ਕੋਈ ਸਕੂਟਰ 'ਤੇ ਆ ਉਹ ਕਹਿੰਦਾ ਮੇਰੇ ਕੋਲੇ ਮੋਟਰਸਾਈਕਲ ਹੋਵੇ, ਜੇ ਕੋਈ ਮੋਟਰਸਾਈਕਲ 'ਤੇ ਉਹ ਕਹਿੰਦਾ ਮੇਰੇ ਕੋਲੇ ਕਾਰ ਹੋਵੇ, ਜੇ ਕਾਰ ਆ ਉਹ ਕਹਿੰਦਾ ਇੱਦੂ ਵੱਡੀ ਹੋਵੇ। ਭਾਵ ਜੇ ਕਿਸੇ ਨੂੰ ਬਹੁਤ ਗੱਡੀਆਂ ਭਾਵ ਰਾਜ ਹੀ ਮਿਲ ਜੇ ਫਿਰ ਉਹ ਕਹਿੰਦਾ ਮੈਨੂੰ ਦੂਸਰੇ ਸੂਬੇ ਦਾ ਵੀ ਮਿਲ ਜੇ, ਫਿਰ ਉਹ ਕਹਿੰਦਾ ਮੈਂ ਸਾਰੇ ਦੇਸ਼ ਦਾ ਰਾਜਾ ਬਣ ਜਾ, ਤ੍ਰਿਸ਼ਨਾ ਨਹੀਂ ਬੁਝਦੀ ਗੀ। ਮਹਾਰਾਜ ਕਹਿੰਦੇ ਇਹ ਬੁਝੇਗੀ ਕਾਹਦੇ ਨਾ? ਇਹ ਗੁਰਮੁਖ ਪਿਆਰੇ ਉਹ ਨਾਮ ਨਾਲ ਬੁਝਦੀ ਹੈ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਕਹਿੰਦੇ ਜਿਹੜੀ ਅੱਗ ਹੈ ਇਹ ਤ੍ਰਿਸ਼ਨਾ ਅਗਨ ਹੈ, ਕਾਹਦੇ ਨਾਲ ਬੁਝਾਈ ਜਾਊਗੀ? ਕਹਿੰਦੇ ਨਾਮ ਰੂਪੀ
ਜਲਨਾ ਤੇ ਗੁਰੂ ਤੋਂ ਬਗੈਰ ਉਹ ਨਾਮ ਰੂਪੀ ਜਲ ਨਹੀਂ ਪ੍ਰਾਪਤ ਹੁੰਦਾ। ਫਿਰ ਅੱਗੇ ਕੀ ਕਹਿੰਦੇ ਗੁਰੂ ਮਹਾਰਾਜ ਦੱਸਦੇ ਨੇ, ਗੁਰ ਤੇ ਨਾਮ ਪਾਈਐ ਵੱਡੀ ਵਡਿਆਈ। ਕਹਿੰਦੇ ਜਦੋਂ ਗੁਰੂ ਨਾਮ ਦਿੰਦਾ ਫਿਰ ਗੁਰਮੁਖ ਪਿਆਰੇ ਵੱਡੀਆਂ ਵੱਡੀਆਂ ਵਡਿਆਈਆਂ ਵੀ ਮਿਲ ਜਾਂਦੀਆਂ। ਉਹ ਵੱਡੀ ਵਡਿਆਈ ਕੀ ਹੈ? ਜਿਹੜੇ ਕੋਲੇ ਨਾਮ ਹੈ ਨਾ ਉਹਨੂੰ ਲੋਕ ਆਦਰ ਕਰਦੇ ਆ। ਆਦਰ ਨਾਮ ਨਾਲ ਹੀ ਹੁੰਦਾ। ਜੇ ਕੋਈ ਰਾਜਾ ਬਣਦਾ ਉਹਨੇ ਨਾਮ ਜਪਿਆ, ਜੇ ਕਿਸੇ ਨੇ ਧਨ ਪ੍ਰਾਪਤ ਕਰਿਆ ਉਹਨੇ ਦਾਨ ਕਰਿਆ, ਪਰ ਦਾਨ ਕਰਿਆ ਕਿਹਦੇ ਨਾਂ ਤੇ ਆ? ਰੱਬ ਦੇ, ਪਰਮੇਸ਼ਰ ਦੇ ਨਾਂ ਤੇ। ਜੇ ਕਿਸੇ ਕੋਲੇ ਸੁੱਖ ਹੈ ਉਹਨੇ ਗੁਰਮੁਖ ਪਿਆਰੇ ਉਹ ਕਿਸੇ ਨੂੰ ਸੁੱਖ ਦਿੱਤਾ ਹੈ। ਜੇ ਕਿਸੇ ਕੋਲੇ ਬਹੁਤ ਸੁੱਖਾਂ ਦੇ ਸਾਧਨ ਹੈ ਉਹਨੇ ਨੇਕ ਕਮਾਈ ਕਰੀ ਹੈ। ਭਾਵ ਜਿੰਨਾ ਚਿਰ ਜੀਵਨ ਦੇ ਵਿੱਚ ਸ਼ੁਭ ਕਰਮ ਨਹੀਂ ਕਰਦੇ, ਸ਼ੁਭ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ, ਹੇ ਭਾਈ, ਹੇ ਗੁਰਮੁਖ ਪਿਆਰਿਓ, ਸਾਰੇ ਦਾ ਸਾਰਾ ਕਰਮ ਨਾਮ ਤੇ ਆ। ਨਾਮ, ਹੁਣ ਜੇ ਮੈਂ ਨਾਮ ਦਾ ਇੱਕ ਅਰਥ ਹੋਰ ਵੀ ਕਰਾਂ, ਨਾਮ ਦਾ ਭਾਵ ਕੀ ਹੈ? ਆਪਾਂ ਸਭ ਲੋਕ ਬੈਠੇ ਹਾਂ ਨਾ, ਆਪਣਾ ਸਾਰਿਆਂ ਦਾ ਕੋਈ ਨਾ ਕੋਈ ਕੋਈ ਨਾ ਕੋਈ ਨਾਂ ਹੈ। ਇਹ ਦੁਨੀਆਂ ਦੇ ਵਿੱਚ ਆਪਾਂ ਆਏ ਹਾਂ, ਆਪਾਂ ਨੂੰ ਸਭ ਤੋਂ ਪਹਿਲਾਂ ਨਾਮ ਮਿਲਿਆ। ਉਹ ਜਿਹੜਾ ਨਾਮ ਹੈ ਉਹਦੇ ਨਾਲ ਕਰਮ ਕਰਨ ਦੇ ਨਾਲ ਬੰਦੇ ਦਾ ਨਾਮ ਬੜਾ ਹੁੰਦਾ ਹੈ। ਜਿਉਂ ਜਿਉਂ ਬੰਦਾ ਬੜੇ ਕਰਮ ਕਰਦਾ ਉਹਦਾ ਨਾਮ ਦੁਨੀਆਂ ਦੇ ਵਿੱਚ ਮਾਣਯੋਗ ਹੋ ਜਾਂਦਾ ਹੈ। ਜਿਹੜੇ ਲੋਕ ਉੱਤਮ ਕਰਮ ਕਰਦੇ ਆ ਉਹਨਾਂ ਦੇ ਨਾਂ ਨੂੰ ਲੋਕ ਇੱਜ਼ਤ ਨਾਲ ਲੈਂਦੀ ਹੈ, ਸੰਸਾਰ ਉਹਦੇ ਨਾਮ ਨੂੰ ਸਨਮਾਨ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਕਰਮ ਕੀ ਆ? ਕਹਿੰਦੇ ਗੁਰੂ ਦਾ ਬਚਨ। ਤੇ ਗੁਰੂ ਦਾ ਬਚਨ ਕੀ ਆ ਮਹਾਰਾਜ? ਕਹਿੰਦੇ ਨਾਮ। ਇਸ ਕਰਕੇ ਹੇ ਗੁਰਮੁਖ ਪਿਆਰਿਓ, ਗੁਰੂ ਤੇ ਨਾਮ ਪਾਈਦਾ, ਨਾਮ ਤੋਂ ਵੱਡੀਆਂ ਵਡਿਆਈਆਂ ਮਿਲ ਜਾਂਦੀਆਂ। ਹੁਣ ਜੇ ਮੈਂ ਵੱਡੀ ਵਡਿਆਈ ਦਾ ਜ਼ਿਕਰ ਕਰਾਂ, ਇੱਕ ਵਡਿਆਈ ਤਾਂ ਆਹ ਦੁਨੀਆਂ ਦੇ ਵਿੱਚ ਹੈ, ਇੱਕ ਵਡਿਆਈ ਉੱਪਰ ਲੋਕ 'ਚ ਹੈ। ਜਦੋਂ ਇੱਥੋਂ ਜਾਂਦਾ ਨਾ ਬੰਦਾ, ਉੱਥੇ ਵੀ ਵਡਿਆਈ ਮਿਲਦੀ ਹੈ, ਤਾਂ ਵੀ ਅੱਗੇ ਵੀ ਵਡਿਆਈ ਮਿਲਦੀ ਹੈ। ਪ੍ਰਭੂ ਪਰਮਾਤਮਾ ਦੇ ਚਰਨਾਂ ਤੱਕ ਜਾਣ ਲਈ ਬੰਦੇ ਨੂੰ ਮਾਣ ਮਿਲਦਾ ਹੈ, ਵਡਿਆਈ ਮਿਲਦੀ ਹੈ, ਪਰ ਸਾਰੇ ਦਾ ਸਾਰਾ ਜਿਹੜਾ ਮਹਾਤਮ ਹੈ ਇਹ ਨਾਮ ਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ, ਹੇ ਪਿਆਰਿਓ, ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਮਹਾਤਮ ਮੈਂ ਤੁਹਾਨੂੰ ਕਹਿਣ ਲੱਗਿਆ। ਤੀਸਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਦਾ ਮਹਾਤਮ ਦੱਸ ਰਹੇ ਹੈ।